ਤੁਸੀਂ ਥੱਪੜ ਮਾਰ ਸਕਦੇ ਹੋ, ਤੁਸੀਂ ਕਿਸੇ ਨੂੰ ਥੱਪੜ ਮਾਰ ਸਕਦੇ ਹੋ, ਮੈਂ ਬਦਤਮੀਜ਼ੀ ਨਾਲ ਬੋਲਿਆ ਉਹ ਨਹੀਂ, ਤੁਹਾਡਾ ਉਹਦਾ ਕੀ ਇੱਥੇ, ਤੁਹਾਡਾ ਉਹਦਾ ਕੀ, ਕਾਨੂੰਗੋ ਲੱਗਿਆ ਇੱਥੇ, ਤੇ ਕਾਨੂੰਗੋ ਲੱਗੇ ਹੋ, ਸਰਕਾਰੀ ਸਰਕਾਰੀ ਤੁਸੀਂ ਮੁਲਾਜ਼ਮ ਹੋ, ਮੇਰੀ ਗੱਲ ਸੁਣੋ, ਪੁੱਛਿਆ ਓਏ ਇੱਕ ਮਿੰਟ ਸੁਣੋ ਪਹਿਲਾਂ, ਸਰਕਾਰੀ ਤੁਸੀਂ ਮੁਲਾਜ਼ਮ, ਸਰਕਾਰੀ ਤੁਸੀਂ ਮੁਲਾਜ਼ਮ ਹੋ, ਸਰਕਾਰੀ ਮੁਲਾਜ਼ਮ ਹੋ, ਤੁਸੀਂ ਇੱਦਾਂ ਕਰ ਸਕਦੇ ਹੋ, थप्पड़ मारो बच्चे, जे तुहानू बदतमीजी नाल बोलिया तुसीं पुलिस बुलाओ, मैं पुलिस नूं बुलावां, हां जी मैं पुलिस नूं क्यों बुलावां यार, तुसीं नहीं तुसीं मारोगे, तुसीं मारोगे, तुसीं श्रीमान जी ऐसा चंगा लगता ਤੁਹਾਨੂੰ ਕੋਈ ਨੀ, ਤੁਸੀਂ ਜਾਣੀ ਕਿ ਕਾਨੂੰਨ ਦੀਆਂ ਧੱਜੀਆਂ ਆਪੇ ਉਡਾਓਗੇ, ਕਾਨੂੰਨ ਦੇ ਨੁਮਾਇੰਦੇ ਹੋ ਕੇ ਕਾਨੂੰਨ ਦੀਆਂ ਧੱਜੀਆਂ ਉਡਾਓਗੇ, ਪਹਿਲਾਂ ਦੱਸੋ ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਕੀ ਕੰਮ ਆ, ਤੁਸੀਂ ਇੱਕ ਮਿੰਟ ਬੱਚੇ ਨੂੰ ਮਾਰ ਰਹੇ ਹੋ, ਤੁਸੀਂ ਥੱਪੜ ਦਿਹਾੜੀਦਾਰ ਨੂੰ ਮਾਰ ਰਹੇ ਹੋ, ਗਰੀਬ ਬੰਦਾ ਮੇਰੇ ਨਾਲ ਬਦਤਮੀਜ਼ੀ ਨਾਲ ਬੋਲੂਗਾ, ਮੈਂ ਕੀ ਬਦਤਮੀਜ਼ੀ, ਕੀ ਬਦਤਮੀਜ਼ੀ ਕੀਤੀ ਤੁਹਾਡੇ ਨਾਲ, ਕੀ ਬਦਤਮੀਜ਼ੀ ਕੀਤੀ ਤੁਹਾਡੇ ਨਾਲ, ਕੀ ਉਹਨੇ ਕਿਹਾ ਨਾ ਵੀ ਥੋੜੀ ਦੇਰ ਬਾਅਦ ਖੁੱਲਵਾ ਦੇਣਾ ਗੱਡੀ ਤੁਹਾਡੀ, ਕੀ ਕਿਹਾ ਉਹਨੇ, ਕੀ ਕਿਹਾ ਉਹਨੇ, ਬਾਹਰ ਚੱਲਣ ਦੇ ਨੇ ਜਗ੍ਹਾ ਜਗ੍ਹਾ ਹੈ ਨਹੀਂ ਜਾਂਦਾ, ਚਲੋ ਐਦਾਂ ਕਿਹਾ ਤੁਹਾਨੂੰ, ਮੈਂ ਨਹੀਂ ਕਿਹਾ, ਮੈਂ ਬੁਲਾ ਕੇ ਕਹਿੰਦਾ ਫੇਰ ਕੀ ਹੋਇਆ, ਮੈਂ ਨਹੀਂ ਕਿਹਾ ਇੱਕ ਮਿੰਟ, ਇੱਕ ਮਿੰਟ ਰੁਕ ਲਿਓ, ਸ਼੍ਰੀਮਾਨ ਜੀ ਉਹਨੇ ਕਹਿਤਾ ਜਗ੍ਹਾ ਨਹੀਂ ਹੈਗੀ, ਮੰਨ ਲਓ ਉਹਨੇ ਕਹਿਤਾ ਜਗ੍ਹਾ ਨਹੀਂ ਹੈਗੀ, ਤੇ ਤੁਸੀਂ ਉਹਨੂੰ ਮਾਰੋਗੇ, ਉਹ ਠਹਿਰ ਜਾ, ਤੁਸੀਂ ਮਾਰੋਗੇ, ਤੁਹਾਡਾ ਕੰਮ ਹੋ ਗਿਆ, ਹਾਂਜੀ ਪੁੱਛ ਲਿਆ, ਪੁੱਛ ਲਿਆ ਉਹਨੇ ਕੋਈ ਪੁੱਛਣਾ ਸੀਗਾ, ਨਹੀਂ ਹੈ, ਨਹੀਂ ਹੋਰ, ਤੁਸੀਂ ਮੂਵੀ ਆਪਣਾ ਉਹਦਾ ਕੀ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ, ਤੁਸੀਂ ਅੰਡਰ ਪ੍ਰੈਸ਼ਰ ਦੋਨਾਂ ਨੂੰ ਕੀ ਹੈ, ਤੁਸੀਂ ਸਾਰੇ ਜਾਣੇ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ, ਉਹਦੇ ਵਾਸਤੇ ਕੀ ਅੰਡਰ ਪ੍ਰੈਸ਼ਰ ਕਰ ਰਹੇ, ਅੰਡਰ ਪ੍ਰੈਸ਼ਰ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ, ਅੰਕਲ ਜੀ ਕੀ ਕਰ ਰਹੇ, ਥੱਪੜ ਮਾਰਿਆ ਯਾਰ, ਬਦਤਮੀਜ਼ੀ ਨਾਲ ਮੇਰੇ ਨਾਲ ਬੋਲੂਗਾ, ਮੈਂ ਮਾਰਿਆ ਮੈਂ ਇੱਥੇ, ਹੈ ਸਾਰੇ ਥੱਲੇ ਕਰ ਰਹੇ, ਮੈਂ ਜੀ ਆਪਾਂ ਪਟਵਾਰੀ ਕਾਂਡ ਕੋ ਰੋਡ ਦੇ ਆਉਟ ਕੰਪਲੇਂਟ ਦੀ ਯਾਰ, ਕੋਈ ਨਾ ਕੀਤੀ ਤਾਂ ਨਾ, ਮੈਂ ਤੁਹਾਨੂੰ ਕੋਈ ਇਦਾਂ ਨਹੀਂ, ਆਪਣਾ ਉਹਦਾ ਕੀ ਸ਼੍ਰੀਮਾਨ ਜੀ, ਆਪਣਾ ਉਹਦਾ ਕੀ ਇੱਥੇ, ਤੁਹਾਡਾ ਉਹਦਾ ਕੀ ਇੱਥੇ, ਹੈ ਮੇਰੇ ਵਰਗ ਆਮ ਨਾਗਰਿਕ ਹੋ, ਆਮ ਬੰਦਾ ਇੱਥੇ ਕੀ ਕੰਮ ਕਰਨ ਆਏ ਹੋ, ਕੰਮ ਕਰਨ ਆਏ ਹੋ ਜਾਂ ਕਰਾਉਣ ਆਏ ਹੋ, ਕੰਮ ਕਰਨ ਆਏ ਜਾਂ ਕਰਾਉਣ ਆਏ, ਤੁਸੀਂ ਕੌਣ ਫਿਰ ਸਾਡੀ ਗੱਲ, ਤੁਸੀਂ ਕੌਣ ਹੋ ਸਾਡੀ ਗੱਲ 'ਚ ਬੋਲਣ ਵਾਲੇ, ਤੁਸੀਂ ਕੌਣ, ਹੂ ਆਰ ਯੂ, ਸਿੰਪਲ ਬੰਦੇ ਬੇਮਲ ਭਾਰਤੋ ਨਾ, ਮੇਰਾ ਕੀ ਬਲੈਕਮੇਲਿੰਗ ਕੀਤੀ ਤੁਹਾਨੂੰ, ਕੀ ਬਲੈਕਮੇਲਿੰਗ ਕੀਤੀ, ਛੇ ਨੰਬਰ ਕਮਾ ਇਧਰ ਨੂੰ, ਕਮਾ ਸਾਰੇ ਕਮਾ, ਸਾਰੇ ਕਮਾ, ਬਲੈਕਮੇਲ ਕਰ ਰਹੇ ਕੀ, 10 ਬੰਦੇ ਕੀ ਕੀ ਬਲੈਕਮੇਲਿੰਗ ਕੀਤੀ, ਕੀ ਦੱਸੋ, ਪਹਿਲਾਂ ਮੈਂ ਅਪਲੋਡ ਕਰਨ ਵਾਸਤੇ ਕੀ ਕੀਤੀ, ਪੈਸੇ ਮੰਗਦੇ ਆ 5 5 10, ਉਹ ਤੁਸੀਂ ਇੱਥੇ ਮੁੰਡੇ ਰੱਖੇ ਪ੍ਰਾਈਵੇਟ, ਤੁਸੀਂ ਰੱਖੇ ਨੇ ਕਿਹੜੇ ਮੁੰਡਾ ਰੱਖੇ, ਇੱਥੇ ਉਹ ਮੁੰਡਾ ਦਿਖਾ ਕੇ ਫਰਦਾ, ਕਿਹੜੇ ਕਿਹੜੇ ਮੁੰਡੇ ਨੇ, ਉਹ ਸਾਰੇ ਪ੍ਰੋ ਬੰਦੇ ਲੈ ਕੇ ਆਪਣੇ ਸਾਰੇ ਜਾ ਉਤਰ, ਜੇ ਤੁਸੀਂ ਇਕੱਠੇ ਕਰ ਲਿਆ ਸੀ ਇਕੱਠੇ ਕਰ ਲਿਆ, ਹੁਣ 10 ਜਣੇ ਇਕੱਲੇ ਨੂੰ ਬੈਠੇ ਹੋਗੇ ਤੇ ਮਹਾ ਖੁੱਲਣ ਗਿਆ, ਪੈਸਾ ਤਾਂ ਮੈਨੂੰ 10 ਬੰਦੇ ਲਿਆ ਕੇ, ਤੂੰ ਪੱਤਰਕਾਰ ਆ, ਪਹਿਲਾਂ ਵੀ ਕੀਤਾ ਕੰਮ, ਤੂੰ ਜ਼ਿੰਮੇਵਾਰ ਹੈਗਾ, ਤੂੰ ਤੁਸੀਂ ਪਹਿਲਾਂ ਵੀ ਇਹ ਕੰਮ ਕੀਤਾ, ਹੋਰ ਦੱਸੋ ਕੀ ਕੀਤਾ ਜੀ, ਤੁਸੀਂ 10,000 ਰੁਪਏ ਕੀ ਕੀਤਾ, ਉਹ ਤੁਸੀਂ ਲੋਕਾਂ ਨੂੰ ਤੁਹਾਡੇ ਬੰਦੇ ਫੜੇ ਜਾਂਦੇ ਨੇ, ਵਿਜੀਲੈਂਸ ਤੋਂ ਫੜੇ ਜਾਂਦੇ ਤੁਹਾਡੇ ਬੰਦੇ, ਰਿਸ਼ਵਤ ਲੈਂਦੇ ਫੜੇ ਜਾਂਦੇ, ਫੜੇ ਜਾਂਦੇ ਨਾ, ਇਹਨੂੰ ਵਾਇਰਲ ਕਰ, ਇਹਨੂੰ ਅੱਜ ਵਾਇਰਲ ਕਰ, ਤੁਸੀਂ 10,000 ਰੁਪਏ ਮੰਗਦੇ ਬਾਅਦ ਚ ਇਹਨੂੰ ਵਾਇਰਲ ਕਰਨ ਤੋਂ ਕਰਦੇ ਹੋ ਨਾ, ਬਲੈਕਮੇਲ ਕਰਦੇ ਹੋ, ਤੁਸੀਂ ਕਰਦੇ ਰੋਜ਼ ਲੱਗਦੀ 45,000 ਰੁਪਏ ਮੰਗਦਾ ਤੁਹਾਡਾ ਕੋਈ।